ਚਤੁਰ ਲੱਪਣ ਗਿਆ ਤੇ ਤੁਰ ਲੱਪਣ ਦਾ ਵੇਖਣ ਪਿਆ ਸ਼ਿਕਾਰ ਗਿਆ ਵੱਡਲ ਨਾਲ ਹਣ ਜਾਗਾਂ ਜੇ ਨਾਸ਼ਤੀ ਕਰਨਾ ਹੱਥ ਮੂੰਹ ਕੋ ਨਹੀਂ ਦੁੱਧ ਸਵੇਲੇ ਸਵੇਲੇ ਸਾ ਲੱਭਾਂ ਦਾ ਵੇਖੋ ਵੱਡਾ ਜਿਹਾ ਤੇ ਤੁਰ ਚੰਗਾ। ਉਹ ਲੋਕ ਛੇੜੂ ਬੱਕਰੀ ਚਰਾ ਕੇ ਮੁੜੇ ਛੋੜੇ ਬਹਿਨੇ ਤਾਂ ਮੈਂ ਵੀ ਆ ਕੇ ਇਹ ਸਾਹਮਣੇ ਲਾਂਘੀ ਕੱਪ ਰੱਖੀ ਬਿਲਕੁਲ ਇਹ ਵੇਖ ਲਾਂਘੀ ਚਾਉਣਾ ਮੈਣੀ ਤੋ ਬਾਬੀ ਜੀ ਬੱਕਰੀ ਛੱਕਰੀ ਚ ਰਹਿਣਾ ਬਾਤ ਮੈਂ ਵੀ ਚਿੰਤਾ ਠੀਕ ਵਧਣਾ ਫਿਲਹਾਲ ਕੋਈ ਕੰਮ ਕੋਲ ਨਹੀਂ ਕਰਨਾ ਪਿਆ ਸਾਹਮਣੇ ਲਈ ਬਾਬੀ ਹੇਠਾਂ ਕੈਮਰਾ ਪਿੱਛੋਂ ਮਤਲਬ ਮੈਂ ਜ਼ਰਾ ਹੱਥ ਮਾਰਾ ਤੂੰ ਠੀਕ ਠੀਕ ਆ ਬਾਬੀ ਜੀ ਪਿੱਡਾਂ ਨਾਲ ਵਧਣਾ ਦਿਓ ਉਹਨੀ ਕਿਨ ਗਿਨ ਚਰਾ ਕੇ ਦੁਕਾਨ ਹੀ ਖੁੱਲ੍ਹੀ ਪਈ ਹਾਣੋ ਕਲੈਸ ਖਾਦ ਦਿਨ ਵੀਡੀਓ ਬਣਾ ਨਾ ਸਕਾ ਤਾਂ ਮੌਸਮ ਮਜ਼ੇ ਸਕੋ ਕਾਫੀ ਧੁੱਪ ਚੜੀ ਵੇਖਣ ਕੋ ਬਿਲਕੁਲ ਨਾਰਮਲ ਇਹ ਸਾਹਮਣੇ ਦਿਓ ਤਾਂ ਸੁੱਖ ਦੇਸਣ ਪਿਓ ਸੀ ਇਹ ਸਾਹਮਣੇ ਤਾਂ ਨਾਰਮਲ ਹੈ ਉਹ ਗੱਡੀਆਂ ਨੇ ਪੇਰ ਆਏ ਤੇ ਠੀਕ ਹੈ ਸਾਂ ਦੇਸੀ ਸਿਸਟਮ ਬਣਾਇਆ ਹੋਇਆ ਦੇਹਾਤ ਵਾਲਾ ਕਿ ਹਿੰਨ ਗੋਏ ਸ਼ੋਏ ਥੋਪ ਰੱਖੇ ਨਾ ਅਸਾਂ ਕੋ ਗੇ ਸ਼ੇਸ ਨਹੀਂ ਤਾਂ ਸੂਲਨ ਮੌਜੂਦ ਕੋ ਨਹੀਂ ਗੋਏ ਹੁੰਦੇ ਗੋਏ ਇੰਨਾ ਕੁ ਡੇ ਨੇ ਪੂਰੀ ਪੂਰੀ ਰਾਤ ਨਹੀਂ ਸੇ ਕਹਿੰਦੇ ਰਾਣੇ ਨਹੀਂ ਕੋ ਡਾਕ ਕੇ ਆਗ ਫਿਰ ਚਿੰਤਾ ਕੋਈ ਮਸਲਾ ਨਹੀਂ ਬਣਨਾ। ਸਲਾਮ ਅਲੈਕੁਮ ਮੈਂ ਹਨੀਮ ਇਕਬਾਲ ਤੋਂ ਉਮੀਦ ਕਰਨਾ ਸਾਰੇ ਖੈਰ ਖਰੀਦ ਨਾਲ ਉਸ ਅੱਜ ਨੇ ਵਿਲਾਗ ਕਰਨਾ ਇੱਥੇ ਹੁਣ ਸ਼ੁਰੂ ਵੱਡਲ ਵੱਡਲ ਨਾ ਟਾਈਮ ਤਾਂ ਨਹੀਂ ਤਕਰੀਬਨ 11 ਥੀ ਗਿਆ ਵਿਲਾਗ ਆਉਣ ਸ਼ੁਰੂ ਕਰਨਾ ਆਪਾਂ ਲੇਟ ਥੀ ਗਾ ਵੱਡਲ ਸਵੇਲੇ ਸਵੇਲੇ ਸ਼ਿਕਾਰ ਲੱਗ ਗਿਆ ਹੈ ਤੇ ਤੁਰ ਲੱਪਾ ਉਹ ਵੀ ਵੀਡੀਓ ਬਣਾਇਓ ਵੀ ਤੁਸੀਂ ਵੇਖ ਸੋ ਇਨਸ਼ਾਅੱਲਾ ਉਸ ਨੇ ਵਿਲਾਗ ਕੋਈ ਨਹੀਂ ਬਣਾਇਆ ਨਾ ਅਸਲ ਮੈਂ ਕੋਈ ਚੀਜ਼ ਆ ਕਿਉਂ ਉਸ ਟਾਈਮ ਤਾਂ ਮੈਂ ਜਾਗਣਾ ਪਿਆ ਤਾਂ ਅੱਜ ਸੁੱਤਾ ਪਿਆ ਬਿਸਤਰ ਬੈਠੋ ਪਿਆ ਅੱਬੂ ਬਾਹਰ ਉਤਨੇ ਅੱਬੂ ਨੂੰ ਮੈਂ ਫੋਨ ਆਇਆ ਮੈਂ ਫੋਨ ਸੁਣਾ ਤਾਂ ਅੱਬੂ ਤਿੱਤਰ ਰੋਟੀ ਖਿਲਾਇ ਮੈਂ ਗਾਂ ਜਵਾਰੀ ਜਾਲ ਲਾਈ ਖਾਲੀ ਜਾਲ ਲਾਈ ਪਿੱਛੋਂ ਜੇ ਬੰਨੇ ਤਾਂ ਪਹੁੰਚਾ ਤੰਦਾ ਮਾਰਨ ਕੋਲ ਪਹਿਲੇ ਤੂੰ ਉਦੋਂ ਪਹਿਲੇ ਨਾ ਉਹ ਲੱਗ ਗਿਆ ਔਰ ਭੱਜ ਕੇ ਗਾਂ ਅਤੇ ਉੱਥੇ ਉਹਨੇ ਕੀਤਾ ਜਾਲੀ ਚਲਾ ਕਿੱਦਾਂ ਨਿਕਲਣ ਨਹੀਂ ਦਿੱਤਾ ਇੱਕ ਨਹੀਂ ਕਲਪਾਗਾ ਬਾਕੀ ਵੇਖਾਂ ਨਾ ਵੇਖਾਂ ਅਤੇ ਬਸ ਬਲੋਚ ਵਹਿਣਾ ਪਿਆ ਅਤੇ ਮੈਂ ਕੈਮਰਾ ਵੇਖਣਾ ਮੈਂ ਵੀਡੀਓ ਬਣਾਇਆ ਨਾ ਪਤਾ ਬਸ ਮੈਂ ਤੱਕ ਲੱਗ ਗਿਆ ਵੀ ਪਤਾ ਨਹੀਂ ਕੀ ਕਰਿਆ ਨਾ ਪਾ ਕੇ ਨਹੀਂ ਅਤੇ ਬਾਕੀ ਫਿਲਹਾਲ ਤਾਂ ਕੋਈ ਕੰਮ ਕੋ ਨਹੀਂ ਕੱਲ੍ਹ ਸ਼ਾਮੀ ਅੱਬੂ ਕੁੱਤੀ ਪਜਾਈ ਮੈਂ ਤਾਂ ਸ਼ਿਕਾਰ ਗਿਆ ਕੋ ਨਾ ਤਬੀਅਤ ਖਰਾਬ ਹੀ ਕੱਲ੍ਹ ਸ਼ਾਮੀ ਅੱਬੂ ਗਿਆ ਖਰਗੋਸ਼ ਨੇ ਸ਼ਿਕਾਰ ਅਤੇ ਸਹੀ ਉੜਨੇ ਸ਼ਿਕਾਰ ਅਤੇ ਤਾਂ ਅੱਬੂ ਕੁੱਤੀ ਪਜਾਈ ਤਾਂ ਕੁੱਤੀ ਸਹੀ ਉੜੀ ਮਾਰ ਕੇ 10 ਵਜੇ ਤਾਂ ਮੈਂ ਬਹੁਤ ਖੁਸ਼ ਖਲਣਾ ਤਾਂ ਸਾਡੀ ਕੁੱਤੀ ਅਲਹਮਦੁਲਿਲਾ ਪਹਿਲਾ ਸ਼ਿਕਾਰ ਸੀਜ਼ਨ ਭੱਜ ਗਈ ਪਹਿਲਾ ਸੀਜ਼ਨ ਪਹਿਲਾਂ ਸਹੀ ਉੜ ਮਾਰ ਕੇ ਦਾ ਭੱਜੀ ਤਾਂ ਨਾਰਮਲ ਹੈ ਕੋਈ ਖਾਸ ਕੋਈ ਨਹੀਂ ਭੱਜੀ ਕੋਈ ਲੰਮਾ ਸਹੀ ਉੜ ਨਹੀਂ ਗਿਆ ਲੇਕਿਨ ਮਾਰ ਕੇ ਦਾ ਵੇਖੋ ਕਿ ਬਣਨਾ ਕਿ ਨਹੀਂ ਆਈ ਨੂੰ ਰੂਟੀਨ ਨਾਲ ਰਸ ਨਹੀਂ ਚੱਲ ਪੂਰੀ ਰੂਟੀਨ ਤੋਂ ਸਗੋਂ ਇੱਕ ਸਹੀ ਆਪਣੀ ਮੈਂ ਸਕ ਪਾਉਣਾ ਹਾਜੀ ਬਲੋਚ ਨਾ ਪਾ ਸਾਡੀ ਦੁਕਾਨਦਾਰ ਗਵਾਡੀ ਦੁਕਾਨ ਵੇਖਿਓ ਨਹੀਂ ਕਿੱਥੋਂ ਅਸੀਂ ਸ਼ੈਂਕੀ ਨਾ ਇਹ ਉਹ ਬਲੋਚ ਨਾ ਪਾ ਇਸ ਕੇ ਡੱਬਾ ਹੀ ਆਪਣਾ ਰੱਖੋ ਬੁਕਿੰਗ ਚੱਲਣਾ ਤੂੰ ਆ ਕੋਈ ਬੁਕਿੰਗ ਉਸ ਹੋ ਜਾ ਇੰਨੇ ਗਏ ਅਸੀਂ ਕੰਮ ਸ਼ਾਮ ਇਲਾਕੇ 'ਚ ਪੈਟਰੋਲ ਸ਼ਟਰੋਲ ਕੋ ਨਹੀਂ ਮਿਲਣਾ ਪਿਆ ਕੋਈ ਹੜਤਾਲ ਆਈ ਅਲਹਮਦੁਲਿਲਾ ਪੈਟਰੋਲ ਪੰਪ ਵਾਲੇ ਮਲਕਾਨ ਕਿਹੜੇ ਉਹਨਾਂ ਨੇ ਕੋਈ ਅਸਲ ਟੈਕਸ ਵਧਾਇਆ ਉਹਨੇ 6% ਕੀਤਾ ਉਹਨੇ 3% ਪਹਿਲੇ ਕੀਨੇ ਪਿਆ ਅਤੇ ਅੱਜ ਪੈਟਰੋਲ ਮਿਲਣਾ ਸ਼ੁਰੂ ਥੀ ਗਾ ਉਹਨਾਂ ਨੇ ਹਕੂਮਤ ਮੁਆਹਦਾ ਮੰਨ ਕੇ ਦਾ 3% ਤਾਂ ਨਹੀਂ ਵਧਾਇਆ ਗਿਆ ਅਲਬੱਤਾ 0.99% ਵਧਾਇਆ ਗਿਆ ਲਾਜ਼ਮੀ ਜਿਹਨੇ ਕਿ 1% ਵਧਾ ਦਿੱਤਾ ਕਿ 3 ਰੁਪਏ ਮੁਨਾਫਾ ਕੀਨੇ ਤਾਂ ਜਿਹਨੇ ਕਿ ਹੁਣ 4 ਰੁਪਏ ਕੀ ਸਰ ਅੱਜ ਸੇਵੀਆਂ ਖਾਣਾ ਪਾਉਣ ਤੁਸੀਂ ਖਾਣਾ ਤਾਂ ਤੁਸੀਂ ਵੀ ਖਵਾਉਣਾ ਮੈਂ ਆਖਾਂ ਬਰਾਨੀ ਸ਼ਰਾਨੀ ਚਾਵਲ ਸ਼ਾਵਲ ਤਾਂ ਬਹੁਤ ਬੰਦਾ ਬਾਹਰੋਂ ਬਾਜ਼ਾਰੋਂ ਖਾਣਾ ਹਲੋ ਸ਼ਲੋ ਬੰਦਾ ਖਾਣਾ ਰਹਿਣਾ ਅਤੇ ਸੇਵੀਆਂ ਨਹੀਂ ਮਿਲੀਆਂ ਮੈਂ ਆਖ ਚਲੋ ਅੱਜ ਮਿੱਠੀ ਸ਼ਾਹੀ ਖਾ ਗਈ ਨੇ ਸੇਵੀਆਂ ਖਾਣਾ ਤੁਸੀਂ ਖਾਣਾ ਤਾਂ ਤੁਸੀਂ ਕੋਈ ਖਵਾਈ ਸ਼ਿਕਾਰ ਤਾਂ ਕੋਣ ਗਏ ਇੱਥੇ ਇੱਥੇ ਇੱਕ ਤਾਂ ਤੁਰੋ ਵੱਡਾ ਮੈਂ ਤੁਸੀਂ ਦੱਸ ਅੱਗੇ ਕਲੱਬ ਖੜਾ ਇੱਥੇ ਕਲੱਪਣਾ ਆ ਅਤੇ ਸਾਹਮਣੇ ਮੈਂ ਤਿੱਤਰੀ ਟੰਗ ਰੱਖੀ ਇੱਥੇ ਜਾਣ ਕੇ ਟੰਗ ਰੱਖੀ ਇਹ ਪਿੰਜਰਾ ਸਾਹਮਣੇ ਤੁਸੀਂ ਨਜ਼ਰ ਆਉਣੇ ਪਿਓ ਸੀ ਇਹ ਕਿੱਥੇ ਗਿਆ ਕਿੱਥੇ ਗਿਆ ਇਹ ਵੇਖ ਇਸ ਟੰਗ ਰੱਖਾ ਤਾਂ ਕਿ ਉਭਰੇ ਨਾ ਸ਼ਾਮੀ ਤੱਕ ਇੱਥੇ ਇੱਕ ਤਿੱਤਰੀ ਵਤਨੀ ਇੱਕ ਤਿੱਤਰੀ ਵਤਨਾ ਟੋਟਲੀ ਅਸੀਂ 3 ਵੱਡਾ ਲੈ ਬੁੱਧ ਸਹਿਣਾ ਪਿਆ ਹਨ ਜਾਂ ਤਾਂ ਸ਼ਾਮੀ ਤੱਕ ਉਹਨੇ ਇਸ ਬੰਨੀ 'ਚ ਇਕੱਠੇ ਪਿਆ ਹਨ ਸ਼ਾਮੀ ਜਾਲ ਲਾ ਕੇ ਤੰਦਾ ਮਾਰ ਕੇ ਤੇਰੀ ਸਾਲੋਂ ਨਹੀਂ ਲੱਭ ਪਿਆ ਸਨ ਅਤੇ ਇਸ ਵਜ੍ਹਾ ਦੇਸੋ ਮੈਂ ਇੱਥੇ ਟੰਗ ਰੱਖਾਂ ਅਤੇ ਦੋਵੇਂ ਇੱਕ ਦਫ਼ਾ ਕਦੇ ਉੱਭਰ ਪਈ ਨਹੀਂ ਹੈਗੀ ਜੇ ਦੋਵੇਂ ਦਫ਼ਾ ਹੀ ਤਾਂ ਸਮਝੋ ਸ਼ਾਮੀ ਤੱਕ ਇਸ ਬੰਨੀ 3 ਲਾਜ਼ਮੀ ਆਇਆ ਪਿਆ ਉਸ ਕਿਹੜਾ ਵੱਡਾ ਲੱਭਾ ਸਕੋ ਰੱਖਾ ਠੀਕ ਹੈ ਉਸਨੇ ਸ਼ਾਮੀ ਯਖਨੀ ਬਣਾ ਕੇ ਖਾਉਣੀ ਯੂਨੀ ਕਿ ਪੀਵਣੀ ਯਖਨੀ ਹੋਰ ਤਾਂ ਕੰਮ ਇਹ ਕੋਈ ਨਹੀਂ ਕਰਿਆਨੇ ਦੇ ਸ਼ਿਕਾਰ ਹਨ ਅਤੇ ਬੰਦਾ ਆਪਣੇ ਖਾਵਣ ਪੀਵਣਾ ਹੀ ਚਾਹੀਦਾ ਰਾਜ ਕੇ ਦੁਆ ਕਰੇ ਸੋ ਕਿ ਤਰਖੇ ਤਰਖੇ ਉਬਰ ਪਹੁੰਚ ਮੈਂ ਕਰ ਲੱਗੋ ਜੇ ਬੇਚਿੰਤ ਠੀਕ ਹੈ ਬਰਾਂਡ ਵਾਸਤੇ ਦੜੈਨ ਪਿੱਲਰ ਆਉਂਦੇ ਨੇ ਵੇਖੋ ਦਿਲ ਲੱਗੇ ਨੇ ਜਾਂ ਨਹੀਂ ਅਸਰ ਬਹੁਤ ਪਸੰਦ ਹੈ 250 ਰੁਪਈਆਂ ਇਹ ਇੱਥੋਂ ਤਾਂ ਕਹਿੰਦੇ ਪਿਆ ਨਾ ਇੱਥੋਂ ਜੀ ਸੀੜੀ ਬਣਾਉਣੀ ਸਿੱਧੀ ਨਾ ਤਾਂ ਕਿ ਸਿੱਧੇ ਛੱਤੇ ਚੜਾ ਜਾਂਦੇ ਸਿਸ ਕਿੰਨੀਆਂ ਹਨ ਕਿੰਨੀਆਂ ਨੇ ਬਾਕੀ ਕੋਠੇ ਵੇਖ ਕੇ ਨਾ ਰਹਿਤ ਮੁੱਕੀ ਬਹੁ ਭੇਜਦੋ 3 ਦਾੜ ਕੜੇ ਸੀ ਬਲਾਕ ਨਹੀਂ ਤਕਰੀਬਨ 4-5 ਜੇ ਟਰਾਲੀ ਪਈਆਂ ਇੰਨੀ ਉਮੀਦ ਹੈ ਕਿ ਬਹੁ ਇਹਨਾਂ ਜੇ ਫਿਲਹਾਲ ਤਾਂ ਵੇਖੋ ਕਿ ਬਣਦਾ ਕਿ ਨਹੀਂ ਇਹਨਾਂ ਟੈਲਰ ਆਉਣ ਰੱਖਿਆ ਹਨ ਪੀੜੀ ਸ਼ੀੜੀ ਬਣਾਏ ਸਨ ਨਾ
देहात पीढ़ी ने रवाज होना तो उन्होंने वास्ते लाजमी त्रै ड्रम पानी भर रखे तो मिस्त्री छुट्टी तो जमा कल असने इंशाला कल में रूटीन वैक्सी क्योंकि है कि नहीं फिलहाल तो कोई रूटीन को नहीं मिले अपनी तबीयत ठीक नहीं थी नहीं पाई वेखो ही किचन है किचन मोना क्रेसो बैग दरवाजे तक फ्रंट तो दसो दरवाजे ने रंग तक बैग तो दसो ठीक है नहीं कहें है कहें नहीं वो भी बैग तो लाजमी दिसे सो वेख के सारे एक किचन दरा लवाया कि बाद बिजली होनी नहीं होनी ताकि दरा बंदा खोल दे हवा लग नहीं रहा वे तो वो बैठक ही बनाई हो दरवाजा बैठक ही बनाई तो कमरा ही बना वे कोई मेहमान आ वन इधरों सीधे आन के इधरों तो बैठक दरवाजा खोल के बंद करके तो डर कितने जाए वन ये मतलब बैठक ही बन गई तो कमरा ही बन गया तो मुकम्मल तहसील दिस सो कि लगे ने कि नहीं लाजमी बिल आ गया ना जवाब ने बिल देने वाला पा सारे ने वैष्णो पैसे नहीं सारी जत्थी आई सारे बिल मैं बैठकर जाने दगा देने वाला पा कड़ा कदना घर घर दे सी मैंने जमें लगे होया भाई सारे घर घर बिल पहुँचाने मैंने जमें लगे होया तो बिल दी वह गप शप लेने तबीयत खराब है बिल शिलकर को दे वाड़े गुवाड़े सारे को दे तकरीबन दे लाएगा तबीयत खराब ही अब बल्कि बाल फोन किया खेड से मैं आखा ना खेड सकना इस वजह तो जोनी को नहीं खेड मैं तबीयत खराब है मैं भी कौन गया तो फिलहाल इतने अच्छे चढ़ नैट चले ना क्योंकि तबीयत बहुत ज़्यादा ही खराब रहनी पी अचकल तरी चौथे दिन बिल्कुल ही समझो 100 च 50% ही ना मैं कमे वाले पास दिल को नहीं आने सीधी जी गल विलाग बने ना पाती भी एक मजबूरी तेज बने ना पा ठीक है तो सारा लवाद की तरह टाइम तो दस नहीं थी भी दिल नहीं थी नहीं तो दीगर पिछले मैं बहुत सख्त शदीद सर्दी लगन लग पी तो वडल नौ को पहले तो मैं जा ही नहीं आने सीधी जी गल इतने मैं सर्दी लगनी पी आनी तो अल खैर करे उम्मीद तो भी ठीक ठीक थी वे तो पिछले अपने डेली रूटीन चाह वसा इधर आनी वे नहीं पी सारे तुम पता चलता सजमेंट तबीयत खराब रहनी पहला खैर करे क्योंकि तबीयत बंद खराब होना कहीं कमी दिल नहीं लगना सीधी जी गल तो मैं हर साल टाइफाइड लाजमी थी नहीं थी ना दुआ करे इस दफा टाइफाइड न थी नॉर्मल बुखार है मौसम बुखार है ठीक थी वजे तो वीडियो बहुत निकी बनी हुई अज ने वीडियो नहीं करे थी एंड उम्मीद तो मैंने व्लॉग पसंद आया अज वीडियो कोई खास को नहीं आया बस तबीयत खराब रही तो कर ही रहा इधर उधर गई को ना बिल्कुल ही तो अज ने वीडियो नहीं करे थी एंड तबीयत इतनी खराब है कि जुम्मा पढ़ने मैंने जुम्मा पढ़ने ना आई सका आप सोचो कि इतनी बड़ी तबीयत खराब जुम्मी है मैंने ना पढ़ सका अफसोस मैं आप इस गल ना अल्लाह खैर करे तो अज वीडियो नहीं करे थी एंड उम्मीद तो वीडियो पसंद आई उसे अगर वीडियो पसंद आई तो मैंने सीधी जी गल आवाज़ निकली नहीं पे लग जो अगर वीडियो पसंद आई तो वीडियो लाजमी लाइक करे कमेंट करे शेयर करे तो मेरे चैनल लाजमी सब्सक्राइब करे तो मिल सी इंशाल्लाह नवी वीडियो कल तो अल्लाह हाफिज़।